ਵਿਆਹ ਕਰਵਾਉਣ ਕੋਰਟ 'ਚ ਆਇਆ ਸੀ ਜੋੜਾ। ਮੌਕੇ 'ਤੇ ਹੀ ਪਹੁੰਚਿਆ ਕੁੜੀ ਦਾ ਪਰਿਵਾਰ, ਦੱਸਿਆ ਕੁੜੀ ਦਾ ਪਹਿਲਾਂ ਹੀ ਹੋ ਚੁੱਕਿਆ ਵਿਆਹ, ਵੱਖ ਵੱਖ ਧਰਮ ਦੇ ਨੇ ਕੁੜੀ ਤੇ ਮੁੰਡਾ। ਤਾਂ ਕੋਰਟ ਕੰਪਲੈਕਸ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇੱਕ ਜੋੜਾ ਵਿਆਹ ਕਰਵਾਉਣ ਦੇ ਲਈ ਆਉਂਦਾ ਤੇ ਪ੍ਰੋਟੈਕਸ਼ਨ ਦੀ ਮੰਗ ਕਰਦਾ। ਤਾਂ ਉਸ ਸਮੇਂ ਮੌਕੇ 'ਤੇ ਕੁੜੀ ਦਾ ਪਰਿਵਾਰ ਵੀ ਪਹੁੰਚ ਜਾਂਦਾ। ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਕੁੜੀ ਦਾ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਅਸੀਂ ਮੁਸਲਮਾਨ ਹਾਂ ਜਦਕਿ ਮੁੰਡਾ ਹਿੰਦੂ ਹੈ, ਇਸ ਲਈ ਇਹ ਵਿਆਹ ਨਹੀਂ ਹੋ ਸਕਦਾ। ਤਾਂ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਾਰ ਫਿਰ ਕੁੜੀ ਤੇ ਮੁੰਡੇ ਦੇ ਵਿਆਹ ਨੂੰ ਲੈ ਕੇ ਵਿਵਾਦ ਛਿੜ ਗਿਆ। ਤਾਂ ਇਹਨਾਂ ਦੋਨਾਂ ਦੇ ਵੱਲੋਂ ਪਰਿਵਾਰ ਦੇ ਖਿਲਾਫ ਜਾ ਕੇ ਲਵ ਮੈਰਿਜ ਲਈ ਕੋਰਟ ਆਉਂਦੇ ਨੇ, ਪਰ ਮੌਕੇ 'ਤੇ ਹੀ ਕੁੜੀ ਦਾ ਪਰਿਵਾਰ ਪਹੁੰਚ ਗਿਆ ਅਤੇ ਉਹਨਾਂ ਦੇ ਵੱਲੋਂ ਕੋਰਟ ਕੰਪਲੈਕਸ ਦੇ ਵਿੱਚ ਹੰਗਾਮਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸਾਡੀ ਕੁੜੀ ਦਾ ਪਹਿਲਾਂ ਵਿਆਹ ਹੋ ਚੁੱਕਿਆ ਤੇ ਉਹ ਦੁਬਾਰਾ ਵਿਆਹ ਕਿਵੇਂ ਕਰਵਾ ਸਕਦੀ ਹੈ। ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਕੁੜੀ ਤੇ ਮੁੰਡੇ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਗਈ ਹੈ। ਤਾਂ ਇਸ ਦੇ ਨਾਲ ਹੀ ਕੁੜੀ ਦਾ ਪਰਿਵਾਰ ਨਾ ਖੁਸ਼ ਦਿਖਿਆ। ਤਾਂ ਦੱਸ ਦਈਏ ਕਿ ਕੋਰਟ ਕੰਪਲੈਕਸ ਦੇ ਵਿੱਚ ਇਸ ਪਰਿਵਾਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਦੱਸਿਆ ਗਿਆ ਕਿ ਜਿਸ ਲੜਕੇ ਦੇ ਨਾਲ ਉਹ ਵਿਆਹ ਕਰਵਾਉਣ ਆਈ ਹੈ ਉਹ ਹਿੰਦੂ ਹੈ ਜਦਕਿ ਅਸੀਂ ਮੁਸਲਮਾਨ ਹਾਂ, ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਾਡੀ ਕੁੜੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ। ਤਾਂ ਦੋਨੋਂ ਦੱਸ ਦਈਏ ਕਿ ਕੁੜੀ ਮੁੰਡਾ ਕੋਰਟ ਦੇ ਵਿੱਚ ਲਵ ਮੈਰਿਜ ਦੇ ਲਈ ਆਏ ਸੀ ਤੇ ਉਹਨਾਂ ਦੇ ਵੱਲੋਂ ਪ੍ਰੋਟੈਕਸ਼ਨ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਕੋਰਟ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਹੈ। ਤੇ ਸਰ ਸਾਡੇ ਨਾਲ ਹੋਰ ਧੱਕਾ, ਉਹਨਾਂ ਨੇ ਇੱਥੇ ਕੋਰਟ ਮੈਰਿਜ ਕਰਾਉਣ ਆਏ ਸੀਗੇ ਸਰ, ਅਤੇ ਅਸੀਂ ਸਰ ਇੱਥੇ ਪ੍ਰੋਟੈਕਸ਼ਨ ਲਾਈ ਸੀਗੀ ਅਤੇ ਸਰ ਇੱਥੇ ਇਹਨਾਂ ਨੇ ਆ ਕੇ ਭਾਈ ਪ੍ਰੋਟੈਕਸ਼ਨ ਲੱਗੀ ਨਹੀਂ ਹੈਗੀ ਸਰ, ਬਿਲਕੁਲ ਨਹੀਂ ਹੈਗੀ, ਕੁੜੀ ਨਹੀਂ ਲੱਗੀ ਸਰ, ਬਿਲਕੁਲ ਨਹੀਂ ਲੱਗੀ ਹੈਗੀ। ਕੁੜੀ ਦਾ ਮੁੰਡਾ ਅਜੇ ਹੁਣੇ ਆਏ ਸੀਗੇ ਅਤੇ ਫਾਦਰ ਸਾਹਿਬ ਗਏ ਕੋਲ, ਪੁਲਿਸ ਉਹਨਾਂ ਨੇ ਜਾ ਕੇ ਡੰਡੇ 'ਚ ਚੱਕ ਕੇ ਉਹਨਾਂ ਸਿਰ ਦੇ ਵਿੱਚ ਮਾਰੇ, ਜਿਹੜੀਆਂ ਨਾਲ ਕੁੜੀ ਦੀ ਮਾਤਾ ਉਹਨਾਂ ਨੇ ਲੱਤਾਂ ਮਾਰੀਆਂ ਨੇ ਇਹਦੇ ਵਿੱਚ। ਕੁੜੀ ਸਰ ਅੰਦਰ ਆ ਜੀ, ਆਪਣਾ ਪੁਲਿਸ ਵਾਲਾ ਕੋਲ, ਹਾਂਜੀ, ਜਾਣੀ ਪਟੀਸ਼ਨ ਪਟੀਸ਼ਨ ਉਹਨਾਂ ਕਿੱਥੇ ਉਹਨੇ ਅੰਦਰ ਹੀ ਆ ਜੀ, ਹਾਂਜੀ, ਹਾਂ ਵਿਆਹ ਕਰਾਉਣ, ਵਿਆਹ ਕੁੜੀ ਦਾ ਪਹਿਲਾਂ ਹੋਇਆ ਵਿਆਹ ਵਾ ਸਰ, ਆਹ ਸਾਡੇ ਕੋਲ ਪਿਆ ਪ੍ਰੂਫ ਸਾਡਾ ਕੁੜੀ ਦਾ, ਹਾਂ ਹਾਂਜੀ ਵਿਆਹ ਕਰਾਉਣਾ ਸੀਗਾ ਜੀ। ਅਸੀਂ ਕੋਂਕਲਾ 'ਤੇ ਰਹਿਣ ਵਾਲੇ ਹਾਂ ਜੀ, ਹਾਂਜੀ, ਸਰ ਕੋਰਟ ਵਾਲਾ ਕਹਿੰਦੇ ਕਿ ਪ੍ਰੋਟੈਕਸ਼ਨ ਮਿਲ ਗਈ ਆ, ਸਰ ਪ੍ਰੋਟੈਕਸ਼ਨ ਮਿਲੀ ਨਹੀਂ ਇੱਥੇ ਸਰ, ਬਿਲਕੁਲ ਨਹੀਂ ਹੈਗੀ, ਤਾਂ ਸਾਡੀ ਕੁੜੀ ਦਾ ਨਿਕਾਹ ਹੋਇਆ ਵਾ, ਪਹਿਲਾਂ ਤਾਂ ਸਾਡੀ ਕੁੜੀ ਵਿਆਹੀ ਹੋਈ ਹੈ ਸਰ, ਹਾਂਜੀ, ਧੱਕੇ ਨਾਲ ਵਿਆਹ ਕਰ ਰਿਹਾ ਮੁੰਡਾ ਜੀ, ਅਸੀਂ ਪ੍ਰੋਟੈਕਸ਼ਨ ਲਾਈ ਹੋ ਰਹੀ ਲਿਆ ਕੇ, ਹਾਂਜੀ, ਮੁੰਡਾ ਸਰ ਦੂਜੀ ਮਦਦ ਆ ਜੀ, ਹਾਂਜੀ, ਅਤੇ ਹੁਣ ਕੀ ਮੰਗ ਕੀ ਕਰਦੇ ਸਰ? ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਕੁੜੀ ਸਾਡੀ ਵਾਪਸ ਕੀਤੀ ਜਾਵੇ। ਲੇਕਿਨ ਜੱਜ ਸਾਹਿਬ ਦੇ ਆਏ ਕੋਰਟ ਦੇ, ਹਾਂਜੀ, ਉਹਨਾਂ ਨੇ ਆਰਡਰ ਦਿੱਤੇ ਨੇ? ਨਹੀਂ ਸਰ, ਆਰਡਰ ਨਹੀਂ ਮਿਲੇ ਜੀ, ਆਰਡਰ ਮਿਲੇ ਨਹੀਂ ਜੀ, ਹਾਂਜੀ ਗੱਲਬਾਤ ਚੱਲ ਰਹੀ ਸਰ ਜੀ, ਹਾਂਜੀ। ਅਤੇ ਦੂਜੇ ਜਿਹੜੇ ਲੜਕੀ ਵਾਲੇ ਪਕਸ਼ ਵਾਲੇ ਨੇ ਉਹ ਕਹਿੰਦੇ ਪਹਿਲਾਂ ਹੀ ਵਿਆਹੀ ਆ, ਉਹ ਮੁਸਲਿਮ ਹੈ ਲੜਕੀ, ਲੜਕਾ ਜਿਹੜਾ ਨੌਨ ਮੁਸਲਿਮ ਹੈ, ਅਤੇ ਇਹ ਰੌਲਾ ਆ, ਉਹ ਕਹਿੰਦੇ ਅਸੀਂ ਮੁਸਲਮਾਨ ਬਾਹਰ, ਪਹਿਲੀ ਗੱਲ ਤਾਂ ਬਾਹਰ ਸਾਡੀ ਕੁੜੀ ਕੋਈ ਕਿੱਦਾਂ ਵਿਆਹ ਸਕਦਾ, ਸੈਕਿੰਡ ਉਹ ਕੁੜੀ ਪਹਿਲਾਂ ਹੀ ਵਿਆਹੀ ਆ, ਅਤੇ ਪਰ ਹੁਣ ਕੋਰਟ ਨੇ ਪ੍ਰੋਟੈਕਸ਼ਨ ਦੇ ਦਿੱਤੀ ਹੈ ਜੋ ਮੈਨੂੰ ਪਤਾ ਲੱਗਾ, ਅਤੇ ਜੋ ਕੁੜੀ ਵਾਲਿਆਂ ਦਾ ਪਕਸ਼ ਹੈ ਉਹ ਵਕੀਲ ਕਰਨ, ਬਾਅਦ 'ਚ ਓਬਜੈਕਸ਼ਨ ਆਪਣੀ ਫਾਈਲ ਕਰਨ ਕਿ ਉਹ ਵਿਆਹੀ ਸੀ ਕਿ ਨਹੀਂ ਵਿਆਹੀ ਸੀ। ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਹੈ, ਹੁਣ ਜੇ ਪ੍ਰੋਟੈਕਸ਼ਨ ਮਿਲ ਗਈ ਤਾਂ ਹੁਣ ਪੁਲਿਸ ਨੂੰ ਤਾਂ ਪ੍ਰੋਟੈਕਟ ਕਰਨਾ ਹੀ ਪੈਣਾ ਨਾ, ਹੁਣ ਇਹ ਜਿਹੜਾ ਦੂਜੀ ਲੜਕੀ ਵਾਲੇ ਹੈਗੇ ਨੇ ਉਹ ਆਪਣਾ ਪੱਖ ਰੱਖੂਗੇ, ਕੋਰਟ ਫਿਰ ਕੰਸਿਡਰ ਕਰ ਲਊਗੀ ਉਹ 'ਚ ਕੀ ਹੈ, ਠੀਕ ਹੈ ਨਾ, ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਹੈ, ਹੁਣ ਇਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੋਰਟ ਦੇ ਵਿੱਚ ਕਰਨਾ ਨਹੀਂ ਗਲਤ ਹੈ, ਗਲਤ ਹੈ, ਕੋਰਟ ਤਾਂ ਕੋਰਟ ਦੇ ਵਿੱਚ ਨਹੀਂ ਇਹੋ ਜਿਹਾ ਰੌਲਾ ਪੈ ਸਕਦਾ, ਇਹ ਪੁਲਿਸ ਆ ਗਈ ਹੈ ਹੁਣ, ਇਹ ਆਪਣੇ ਥਾਣੇ 'ਚ ਆਪਣੀ ਓਬਜੈਕਸ਼ਨ ਲਾਂਚ ਕਰਨ, ਕੋਰਟ 'ਚ ਦੇਣ ਆਪਣੀਆਂ ਦਰਖਾਸਤਾਂ ਕਿ ਸਾਡੀ ਐਂ ਕੁੜੀ ਨਾਲ ਧੱਕਾ ਹੋਇਆ ਜੀ, ਸਾਡੇ ਨਾਲ ਧੱਕਾ ਹੋਇਆ, ਕੋਰਟ ਕੰਸਿਡਰ ਕਰੂ ਕਿ ਕਾਨੂੰਨ ਤਾਂ ਆਪਾਂ ਕੋਈ ਵੀ ਆਪਣੇ ਹੱਥ 'ਚ ਨਹੀਂ ਲੈ ਸਕਦਾ। ਅੱਛਾ, ਜਿਹੜੇ ਇਹ ਲੜਕੀ ਦੇ ਫਾਦਰ ਆ ਸ਼ਾਇਦ, ਉਹੀ ਰੋਸ਼ ਉਹ ਪੁਲਿਸ ਰੋਕਦੀ ਸੀ ਕੋਰਟ 'ਚ ਅੰਦਰ ਜਾਣ ਨੂੰ, ਜਾਂ ਕੁੜੀ ਅਤੇ ਮੁੰਡੇ ਨੂੰ ਜਦੋਂ ਪ੍ਰੋਟੈਕਸ਼ਨ ਮਿਲ ਗਈ ਇਹ ਖੋਹਣ ਦੀ ਕੋਸ਼ਿਸ਼ ਕਰਦੇ, ਇਹ ਉਹਨੂੰ ਚੱਕ ਕੇ ਲਿਜਾਣ ਨੂੰ
ਕਰਦੇ ਸੀਗੇ ਪਰ ਪ੍ਰੋਟੈਕਸ਼ਨ ਮਿਲ ਗਈ ਹੁਣ ਪੁਲਿਸ ਨੇ ਪ੍ਰੋਟੈਕਟ ਤਾਂ ਕਰਨਾ ਹੀ ਸੀਗਾ ਅਤੇ ਇਹਨਾਂ ਨੂੰ ਰੋਕਣਾ ਸੀਗਾ ਅਤੇ ਉਹ ਹੁਣ ਰੌਲੇ ਬਹੁਤ ਪਾ ਰਹੇ ਸੀਗੇ ਉਹ ਇਸ ਕਰਕੇ ਹੁਣ ਪਤਾ ਨਹੀਂ ਕੀ ਪ੍ਰਟੈਂਡ ਕਰ ਰਹੇ ਆ ਕੀ ਕਰ ਰਹੇ ਹੁਣ ਲੜਕੀ ਹੈ ਕੋਈ ਅਤੇ ਉਹਦਾ ਪਰਿਵਾਰ ਹੈ ਇਹ ਵਾਲਾ ਇਹਨਾਂ ਦੇ ਐਲੀਗੇਸ਼ਨ ਨੇ ਕਿ ਲੜਕੀ ਦਾ ਸਾਡੀ ਦਾ ਪਹਿਲਾਂ ਵਿਆਹ ਹੋਇਆ ਵਾ ਉਹ ਦੂਸਰੀ ਮੈਰਿਜ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਲੱਸ ਉਹ ਇੰਟਰਲੀਜਨ ਮੈਰਿਜ ਕਰਾ ਰਹੀ ਹੈ ਅਤੇ ਇੱਦਾਂ ਦੇ ਕੁਛ ਇਹਨਾਂ ਦੇ ਪੁਆਇੰਟਸ ਨੇ ਜਿਸ ਕਰਕੇ ਥੋੜ੍ਹਾ ਮਤਲਬ ਹੰਗਾਮਾ ਕਰ ਰਹੇ ਨੇ ਅਤੇ ਇਹਨਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ ਐਂਡ ਇਹਨਾਂ ਨੂੰ ਸਮਝਾਇਆ ਵੀ ਗਿਆ ਔਰ ਅੱਗੇ ਇਹਨਾਂ ਨਾਲ ਫਰਦਰ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਫਿਰ ਜਿਵੇਂ ਵੀ ਹੋਊਗਾ ਤੁਹਾਨੂੰ ਅਪਡੇਟ ਕਰ ਰਹੇ ਹਾਂ ਮੈਂ ਉਹੀ ਕਿਹਾ ਲੜਕਾ ਲੜਕੀ ਕੋਰਟ ਵਿੱਚ ਜੋ ਦੋ ਤਿੰਨ ਗੱਲਾਂ ਵੀ ਕੁਛ ਕਹਿੰਦੇ ਆ ਵੀ ਕੋਰਟ ਮੈਰਿਜ ਕਰਾਉਣ ਆਏ ਸੀ ਜਾਂ ਫਿਰ ਪ੍ਰੋਟੈਕਸ਼ਨ ਲੈਣ ਆਏ ਸੀ ਵੋਟ ਐਵਰ ਬੀ ਦਾ ਕੇਸ ਆਪਾਂ ਕੋਈ ਜਾਨ ਮਾਲ ਦਾ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ਕੋਈ ਵੀ ਹੋਵੇ ਹਰੇਕ ਨੂੰ ਜੋ ਆਪਣੇ ਮਾਨਯੋਗ ਕੋਰਟਸ ਨੇ ਉਹਨਾਂ ਦੀਆਂ ਹਦਾਇਤਾਂ ਹੈ ਜੋ ਵੀ ਜਿਸ ਮੁਤਾਬਕ ਹੈਗਾ ਇਹਨਾਂ ਨੂੰ ਐਜ਼ ਪਰ ਲੋਅ ਅਸੀਂ ਕਾਰਵਾਈ ਕਰਾਂਗੇ ਨਾ ਤਾਂ ਕਿਸੇ ਨੂੰ ਮਾਹੌਲ ਖਰਾਬ ਕਰਨ ਦਿੱਤਾ ਜਾਊਗਾ ਨੋ ਵਾਇਲੈਂਸ ਵਿਲ ਬੀ ਟੋਲਰੇਟਡ ਬਟ ਐਟ ਦੀ ਸੇਮ ਟਾਈਮ ਜੋ ਜਿੱਥੇ ਤੱਕ ਪੀਸਫੁਲੀ ਨੈਗੋਸ਼ੀਏਸ਼ਨ ਹੋ ਕੇ ਜਿੱਥੋਂ ਤੱਕ ਪੀਸਫੁਲੀ ਗੱਲਬਾਤ ਹੋ ਕੇ ਮੈਟਰ ਸੋਲਵ ਹੁੰਦਾ ਤਾਂ ਉੱਥੇ ਬਿਲਕੁਲ ਉਦਾਂ ਟਰਾਈ ਕਰਾਂਗੇ ਸਰ ਲੰਗਾ ਕੋਰਟ ਕੰਪਲੈਕਸ ਦੇ ਬਾਹਰ ਇਦਾਂ ਹੰਗਾਮਾ ਕਰਨਾ ਕਿਉਂਕਿ ਕਿਸੇ ਨੂੰ ਵੀ ਅਲਾਊਡ ਨਹੀਂ ਹੈਗਾ ਜੋ ਚਲੋ ਕੋਰਟ ਕੰਪਲੈਕਸ ਦੇ ਬਾਹਰ ਹੰਗਾਮਾ ਕਰਨਾ ਬਿਲਕੁਲ ਅਲਾਊਡ ਨਹੀਂ ਹੈ ਗਲਤ ਜੋ ਗਲਤ ਹੈ ਸੋ ਗਲਤ ਹੈ ਬਟ ਜੋ ਇਹ ਰਿਲੀਜੀਅਸ ਸੈਂਸਿਟੀਵਿਟੀਜ਼ ਆਪਦੀ ਜਗ੍ਹਾ ਹੁੰਦੀਆਂ ਐਂਡ ਇੱਕ ਹਰ ਚੀਜ਼ ਨੂੰ ਆਪਾਂ ਨੂੰ ਸੈਂਸਿਟੀਵਿਟੀ ਨਾਲ ਡੀਲ ਕਰਨਾ ਪੈਂਦਾ ਤਾਂ ਉਹ ਅਸੀਂ ਮੈਟਰ ਨੂੰ ਉਸੇ ਤਰ੍ਹਾਂ ਥੋੜ੍ਹੀ ਸੰਜੀਦਗੀ ਨਾਲ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਡੀਲ ਕਰ ਰਹੇ ਹਾਂ ਐਂਡ ਆਈ ਥਿੰਕ ਪੋਜ਼ਿਟਿਵਲੀ ਵਿਦਾਊਟ ਐਨੀ ਮੇਜਰ ਹੰਗਾਮਾ ਵੀ ਵਿਦਾਊਟ ਐਨੀ ਵਾਇਲੈਂਸ ਵੀ ਸੈਟਲ ਦਾ ਮੈਟਰ ਐਂਡ ਜਿੱਦਾਂ ਹੋਊਗਾ ਐਜ਼ ਪਰ ਲੋਅ ਕਾਰਵਾਈ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਵੀ ਜਾ ਰਿਹਾ ਉਹਨਾਂ ਨੂੰ ਕਾਨੂੰਨ ਵੀ ਦੱਸਿਆ ਗਿਆ ਸਾਰਾ ਬਾਕੀ ਗੱਲਬਾਤ ਅੱਗੇ ਕਰ ਰਹੇ ਹਾਂ ਐਜ਼ ਆਈ ਸੈਡ ਤਾਂ ਫਰਦਰ ਜਿੱਦਾਂ ਵੀ ਅਪਡੇਟ ਹੋਊਗਾ ਤੁਹਾਨੂੰ ਜ਼ਰੂਰ ਕਰਾਂਗੇ ਜੋ ਵੋਟ ਐਵਰ ਇਹਨਾਂ ਦੇ ਐਲੀਗੇਸ਼ਨ ਨੇ ਉਹ ਵੈਰੀਫਾਈ ਕੀਤੇ ਜਾਣਗੇ ਜੋ ਵੀ ਐਲੀਗੇਸ਼ਨ ਹੈ ਕੋਰਟ ਕੰਪਲੈਕਸ 'ਚ ਬਹੁਤ ਕੈਮਰਾਜ਼ ਲੱਗੇ ਹੋਏ ਨੇ ਐਂਡ ਇਟਸ ਦੇ ਵਿਲ ਬੀ ਵੈਰੀਫਾਈਡ ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੋ ਵੀ ਐਲੀਗੇਸ਼ਨ ਹੈ ਸਾਰੇ ਵੈਰੀਫਾਈ ਕਰ ਇਹਨਾਂ ਦੇ ਇਹਨਾਂ ਵੱਲੋਂ ਅਲੈਜ ਕੀਤਾ ਜਾ ਰਿਹਾ ਇਹ ਗੱਲ ਵੀ ਉਹਦੀ ਜਾਂਚ ਕਰਾਂਗੇ ਐਂਡ ਜੋ ਵੀ ਹੈ ਮੈਰਿਜ ਹੋਈ ਜਾਂ ਨਹੀਂ ਹੋਈ ਉਹ ਬਾਅਦ ਦੀ ਗੱਲ ਹੈ ਪਹਿਲਾਂ ਆਪਾਂ ਐਟ ਦੀ ਹੈਂਡ ਜਿਹੜੀ ਸਿਚੁਏਸ਼ਨ ਹੈ ਲੋਅ ਐਂਡ ਆਰਡਰ ਸਿਚੁਏਸ਼ਨ ਹੈ ਉਹਨੂੰ ਹੈਂਡਲ ਕਰਨਾ ਐਵਰੀਥਿੰਗ ਇਜ਼ ਪੀਸਫੁਲ ਐਂਡ ਵਿਲ ਸੈਟਲ ਦਾ ਮੈਟਰ ਸੋ ਥੈਂਕ ਯੂ